ਮੋਹਾਲੀ ਪੁਲਿਸ ਨੇ ਪਰਮੇਸ਼ ਵਰਮਾ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਧਾਹਾਂ ਵਿਰੁੱਧ ਚਲਾਨ ਪੇਸ਼ ਕਰ ਦਿੱਤਾ ਹੈ। ਦਿਲਪ੍ਰੀਤ ਤੇ ਉਸ ਦੇ ਸਾਥੀ ਅਰਨ ਕੁਮਾਰ ਉਰਫ ਸੰਨੀ ਦੇ ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਪੁਲਿਸ ਨੇ ਚਲਾਨ ਵਿੱਚ ਦਿਲਪ੍ਰੀਤ ਨੂੰ ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦਾ 4 ਹੋਰ ਵਿਅਕਤੀਆਂ ਨੇ ਸਾਥ ਦਿੱਤਾ ਹੈ। ਕੇਸ ਨਾਲ ਸੰਬੰਧਿਤ ਪੁਲਿਸ ਮੁਲਾਜ਼ਮ ਮੁਤਾਬਿਕ ਦਿਲਪ੍ਰੀਤ ਨੇ ਪਰਮੇਸ਼ ਤੋਂ 10 ਲੱਖ ਰੁਪਏ ਦੀ ਫਰੌਤੀ ਪ੍ਰਾਪਤ ਕੀਤੀ ਸੀ, ਜਿਸ ਵਿੱਚੋਂ ਉਹ 6 ਲੱਖ ਰੁਪਏ ਖਰਚ ਗਿਆ ਹੈ ਤੇ 4 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਨੇੜਲੇ ਪਿੰਡ ਧਾਹਾਂ ਦੇ ਜੰਮਪਲ ਦਿਲਪ੍ਰੀਤ ਵਿਰੁੱਧ ਕੁੱਲ 16 ਮਾਮਲੇ ਦਰਜ ਹਨ। ਇਸੇ ਸਾਲ ਜੂਨ ਵਿੱਚ ਪੁਲਿਸ ਨੇ ਦਿਲਪ੍ਰੀਤ ਧਾਹਾਂ ਵਿਰੁੱਧ ਗਾਇਕ ਗਿੱਪੀ ਗਰੇਵਾਲ ਤੋਂ 10 ਲੱਖ ਰੁਪਏ ਦੀ ਫਰੌਤੀ ਮੰਗਣ ਸੰਬੰਧੀ ਵੀ ਚਲਾਨ ਪੇਸ਼ ਕਰ ਦਿੱਤਾ ਸੀ। ਦਿਲਪ੍ਰੀਤ ਨੇ ਇਸੇ ਸਾਲ 13 ਤੇ 14 ਅਪ੍ਰੈਲ ਦਰਮਿਆਨ ਰਾਤ ਨੂੰ ਮੋਹਾਲੀ ਦੇ ਸੈਕਟਰ 74 ਨੇੜੇ ਪਰਮੇਸ਼ ਵਰਮਾ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਮੋਹਾਲੀ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।